ਅਸੀਂ ਰਹੇ ਹਾਂ ਜੀ ਗਵਾਂਢੀ। ਅੱਛਾ ਹਾਂਜੀ, ਮਤਲਬ 15 ਸੈਕਟਰ ਸਾਡਾ ਪੀਜੀ ਹੁੰਦਾ ਸੀਗਾ। ਅੱਛਾ ਜੀ। ਇੱਕ ਘਰ ਛੱਡ ਕੇ ਉਹ, ਪਰ ਜਿਹੜਾ ਨਾਲ ਦਾ ਘਰ ਸੀ ਉਹਦਾ ਬਨੇਰਾ ਨਹੀਂ ਸੀ ਹੁੰਦਾ। ਅੱਛਾ। ਮੈਂ ਵੀ ਪੜ੍ਹਦਾ ਹੁੰਦਾ ਸੀਗਾ ਜੀ, ਮੈਨੂੰ ਸਿੰਮੀ ਨੇ, ਮੈਨੂੰ ਸਿੰਮੀ ਵੀ ਪੜ੍ਹ ਰਹੇ ਪੜ੍ਹਦੇ ਸੀਗੇ ਜੀ, ਉਸੇ ਫਲੈਟ ਦੇ ਵਿੱਚ। ਜਦੋਂ ਮੈਂ 2009 'ਚ ਚੰਡੀਗੜ੍ਹ ਆਇਆ ਉਸੇ ਫਲੈਟ ਦੇ ਵਿੱਚ ਨਾ, ਉਦੋਂ ਜਸਪਿੰਦਰ ਚੀਮਾ ਹੋਰੀ ਰਹਿੰਦੇ ਸੀਗੇ। ਅੱਛਾ। 2012 'ਚ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ, ਉਹ ਚਲੇ ਗਏ। ਤੁਹਾਨੂੰ ਮਤਲਬ ਦੁੱਖ ਹੋਇਆ ਤੁਹਾਡੀ, ਉਹ ਤੁਹਾਡਾ ਦੁੱਖ ਖੁਸ਼ੀ 'ਚ ਤਬਦੀਲ ਹੋਇਆ ਕਿਉਂਕਿ ਉੱਥੇ ਫਿਰ ਸਿੰਮੀ ਆਈ। ਸਿੰਮੀ ਜੀ ਆਏ। ਕਿਉਂ ਨਾ ਮੁੰਨਾ ਭਾਈ ਨਹੀਂ। ਜਦੋਂ ਸਿੰਮੀ ਜੀ ਆਏ, ਐਕਟ੍ਰੈਸ ਤਾਂ ਨਹੀਂ ਹੈ ਪਰ ਸੋਹਣੀ ਬਹੁਤ, ਸੋਹਣੀ ਬਹੁਤ। ਹਾਂ, ਅਸੀਂ ਦੇਖਿਆ ਕਰਨਾ, ਮਤਲਬ ਸਾਨੂੰ ਕੋਈ ਐਂ ਬਸ ਦੇਖ ਵੀ ਜਾਵੇ ਨਾ, ਸਾਡਾ ਹੁੰਦਾ ਸੀ ਉਹ ਦੇਖ ਗਈ। ਇਹਨਾਂ ਦਾ ਇੱਕ ਗਾਣਾ ਆਇਆ, ਗਾਣਾ ਬਹੁਤ ਹਿੱਟ ਗਿਆ, ਗੁਜ਼ਾਰਾ, ਉਹਨਾਂ ਦੇ ਵਿੱਚ ਇਹਨਾਂ ਨੇ ਫੀਚਰ ਕੀਤਾ ਸੀਗਾ। ਇਹ ਰੋਏ ਬਹੁਤ ਉਹ ਗਾਣੇ 'ਚ, ਗਾਣਾ ਬਹੁਤ ਹਿੱਟ ਗਿਆ, ਮਤਲਬ ਇਹ ਮਤਲਬ ਉਸ ਗਾਣੇ ਤੋਂ ਇਹਨਾਂ ਦੀ ਪਹਿਚਾਣ ਬਣਨੀ ਸ਼ੁਰੂ ਹੋ ਗਈ ਸੀ। ਅਸੀਂ ਫਿਰ ਚਾਂਭਲ ਗਏ, ਅਸੀਂ ਫਿਰ ਆਪਣੇ ਮਤਲਬ ਹੁਣ ਉਹ ਮੁੰਡੇ ਤਾਂ ਨਹੀਂ ਰਹੇ ਸਾਡੇ ਕਾਲਜਾਂ ਵਾਲੇ, ਪਰ ਅਸੀਂ ਆਪਸ ਦੇ ਵਿੱਚ ਅਸੀਂ ਬਹੁਤ ਮਾਣ ਕਰਦੇ ਸੀ ਵੀ ਯਾਰ ਸਾਡਾ ਤਾਂ ਪਤਾ ਨਹੀਂ ਕੁਛ ਬਣਨਾ ਕਿ ਨਹੀਂ ਬਣਨਾ, ਪਰ ਸਾਡੇ ਗੁਆਂਢੀਆਂ ਨੇ ਜੋ ਪੁੰਨ ਖੱਟੇ ਨਾ ਜਾਂ ਉਹ ਧਰਤੀ 'ਤੇ। ਸੋ ਮੈਨੂੰ ਉਦੋਂ ਪਿੱਛੇ ਜੇ ਹੁਣੇ ਗੱਲ ਹੁੰਦੀ ਸਿੰਮੀ ਨਾਲ, ਮੈਂ ਤਾਂ ਮੈਂ ਜ਼ਿਕਰ ਕਰਦਾ ਸੀ, ਮੈਂ ਕਿਹਾ ਤੁਸੀਂ ਬਹੁਤ ਕੰਮ ਕੀਤਾ, ਬਹੁਤ ਸਾਰੀਆਂ ਫਿਲਮਾਂ ਕਰਤੀਆਂ, ਪਰ ਉਹ ਬਹੁਤ ਇੱਕ ਜਦੋਂ ਸਿੰਮੀ ਦੀ ਅਸੀਂ ਫਿਲਮ ਦੇਖਣ ਮੈਂ ਜਾਂਦਾ ਥੀਏਟਰ ਦੇ ਵਿੱਚ, ਮਤਲਬ ਜਿਹੜੀ ਖੁਸ਼ੀ ਇੱਕ ਹੁੰਦੀ ਹੈ ਨਾ ਵੀ ਗੁਆਂਢਣ ਵਾਲੀ, ਉਹ ਮਤਲਬ ਬਾਕੀ ਥੀਏਟਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ।